ਭਗਵੰਤ ਮਾਨ ਦਾ ਕਹਿਣਾ ਸੀ ਵੀ ਆਪਣਾ VIP ਕਲਚਰ ਖਤਮ ਕਰਾਂਗੇ, ਹੋ ਗਿਆ। ਪਰ ਦੇਖਦੇ ਜਿਸ ਵੇਲੇ ਉਹ ਗੱਡੀ 'ਚ ਆਉਂਦਾ ਤਾਂ ਕਿੰਨੀ ਗੱਡੀਆਂ ਅੱਗੇ ਪਿੱਛੇ ਹੁੰਦੀ। ਰਾਣੀ ਦਾ ਸਾਥ ਦੇ ਰਿਹਾ ਹੁਣ ਫਿਰ? ਹੈਂ, ਬਿਲਕੁਲ ਦੇਂਗੇ, ਬਿਲਕੁਲ ਰਾਣੀ ਕੋਲ। ਨੈਸ਼ਨਲ ਲੈਵਲ ਦੀ ਛੱਡੋ, ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਸ ਵੇਲੇ ਜਿਹੜੇ ਸਾਨੂੰ ਪਹਿਲੇ ਅੱਖਾਂ ਦਿਖਾਉਂਦੇ ਸੀਗੇ ਉਹ ਹੱਥ 'ਚ ਕਟੋਰਾ ਲੈ ਕੇ ਘੁੰਮ ਰਿਹਾ। ਇਹਨਾਂ ਨੇ ਕਿਹਾ ਅਸੀਂ ਨਸ਼ਾ ਖਤਮ ਕਰਾਂਗੇ, ਕੀ ਖਤਮ ਕੀ ਉਹਦੇ ਵਿੱਚ ਕਮੀ ਵੀ ਆਈ ਹੈ? ਖਤਮ ਤੋਂ ਛੱਡੋ, ਇੱਕਦਮ ਨਹੀਂ ਖਤਮ ਹੁੰਦਾ, ਨਿਊ ਜਾਣੀ ਬੰਦ ਹੋ ਗਈ, ਕੰਮ ਉੱਦਾਂ ਹੀ ਚੱਲ ਰਿਹਾ। ਦੇਖੋ ਇਹ ਜਿਹੜਾ ਇਲੈਕਸ਼ਨ ਹੈ ਇਹ ਸਟੇਟ ਲੈਵਲ ਦਾ ਤਾਂ ਹੈ ਨਹੀਂ, ਸੈਂਟਰ ਲੈਵਲ ਦਾ ਹੈ। ਪਹਿਲੇ ਸਾਡੇ ਵੀਰ ਜਵਾਨਾਂ ਦੇ ਸਿਰ ਕੱਟ ਕੇ ਆਉਂਦੇ ਸੀਗੇ ਅਤੇ ਹੁਣ ਕੀ ਹੁੰਦਾ ਹੈਗਾ? ਹੁਣ ਆਪਾਂ ਘਰ ਦੇ ਵਿੱਚ ਜਾ ਕੇ ਮਾਰਦੇ ਉਹਨਾਂ ਨੂੰ, ਹੁਣ ਉਹਦੇ ਵਿੱਚ ਕੋਈ ਇਹ ਹਿੰਮਤ ਨਹੀਂ ਹੈ ਕਿ ਕੋਈ ਸਾਡੇ ਵੱਲ ਅੱਖ ਚੁੱਕ ਕੇ ਦੇਖ ਲਿਆ। ਤੁਹਾਡਾ ਕੀ ਮੰਨਣਾ? ਦੇਖੋ ਇਹ ਜਿਹੜਾ ਇਲੈਕਸ਼ਨ ਹੈ ਇਹ ਸਟੇਟ ਲੈਵਲ ਦਾ ਤਾਂ ਹੈ ਨਹੀਂ, ਸੈਂਟਰ ਲੈਵਲ ਦਾ ਹੈ। ਇਹਦੇ ਮੁੱਦੇ ਵੀ ਸੈਂਟਰ ਲੈਵਲ ਦੇ ਹੀ ਰਹਿਣ ਵਾਲੇ ਹੈ, ਉਹਦੇ ਵੀ ਵਿਕਾਸ ਹੈ ਕਿ ਪਿਛਲੇ 10 ਸਾਲ ਵਰਸਿਸ ਪਿਛਲੇ 70 ਸਾਲ ਕਿੰਨੇ ਏਮਸ ਸੀਗੇ, ਕਿੰਨੇ ਬਣੇ, ਕਿੰਨੀ ਸੜਕਾਂ ਪਹਿਲੇ ਬਣੀ ਹੈ 50 ਸਾਲ ਦੇ ਵਿੱਚ, ਕਿੰਨੀ 10 ਸਾਲ ਦੇ ਵਿੱਚ ਬਣੀ ਹੈ, ਸਾਡੀ ਰਾਸ਼ਟਰੀ ਸੁਰੱਖਿਆ ਕਿਆ ਰਹੀ ਹੈ? ਪਹਿਲੇ ਸਾਡੇ ਵੀਰ ਜਵਾਨਾਂ ਦੇ ਸਿਰ ਕੱਟ ਕੇ ਆਉਂਦੇ ਸੀਗੇ ਅਤੇ ਹੁਣ ਕੀ ਹੁੰਦਾ ਹੈਗਾ? ਹੁਣ ਆਪਾਂ ਘਰ ਦੇ ਵਿੱਚ ਜਾ ਕੇ ਮਾਰਦੇ ਉਹਨਾਂ ਨੂੰ, ਹੁਣ ਉਹਦੇ ਵਿੱਚ ਕੋਈ ਇਹ ਹਿੰਮਤ ਨਹੀਂ ਹੈ ਕਿ ਕੋਈ ਸਾਡੇ ਵੱਲ ਅੱਖ ਚੁੱਕ ਕੇ ਦੇਖ ਲਿਆ। ਨੈਸ਼ਨਲ ਲੈਵਲ ਦੀ ਛੱਡੋ, ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਸ ਵੇਲੇ ਜਿਹੜੇ ਸਾਨੂੰ ਪਹਿਲੇ ਅੱਖਾਂ ਦਿਖਾਉਂਦੇ ਸੀਗੇ ਉਹ ਹੱਥ 'ਚ ਕਟੋਰਾ ਲੈ ਕੇ ਘੁੰਮ ਰਿਹਾ। ਪਰ ਆਪਣੇ ਮੁੱਖ ਮੰਤਰੀ ਦਾ ਕਹਿਣਾ ਹੈ ਵੀ ਉਹਨਾਂ ਨੇ ਆਪਣਾ ਜਿਹੜਾ ਪ੍ਰਸ਼ਾਸਨ ਹੈ ਉਹ ਥੋੜ੍ਹਾ ਮਜ਼ਬੂਤ ਕਰ ਰਹੇ ਨੇ, ਜਿਵੇਂ ਰੋਡ ਦੇ ਉੱਤੇ SSF ਲਾਤੀ ਅਤੇ ਇੱਕ ਆਪਾਂ ਨੂੰ ਨੰਬਰ ਵੀ ਜ਼ਾਹਿਰ ਕਰਤੇ ਵੀ ਕੁਛ ਹੁੰਦਾ ਤਾਂ ਤੁਸੀਂ ਕਾਲ ਕਰੋ, ਤੁਹਾਡੇ ਕੋਲ ਨਾਲ ਦੀ ਨਾਲ ਆਊਗੀ ਪੁਲਿਸ। ਇੱਦਾਂ ਦੇ ਟੋਟਕੇ ਇਹ ਹੁੰਦੇ ਰਹਿੰਦੇ ਹੈਗੇ, ਠੀਕ ਹੈ। ਮੇਨ ਹੈ ਕਿ ਕਿਆ ਅਸੀਂ ਸਿਕਿਓਰ ਹੈ? ਜਿੱਦਾਂ ਹੁਣ ਹੀ ਆਪਣੇ ਸਾਥੀ ਨੇ ਕਿਹਾ ਵੀ ਰਾਤ ਨੂੰ ਆਪਾਂ ਸਿਕਿਓਰ ਨਹੀਂ ਹੈ। ਇੱਕ ਆਫਿਸਰ ਦੇ ਘਰ ਦੇ ਸਾਹਮਣੇ ਜਾਂ ਆਫਿਸ ਦੇ ਸਾਹਮਣੇ ਕੋਈ ਗਲਤ ਕੰਮ ਹੋ ਜਾਂਦਾ ਹੈ ਕੁੜੀਆਂ ਨਾਲ, ਇੱਦਾਂ ਹੋਣਾ ਚਾਹੀਦਾ ਨਾ ਕਿ ਵੀ ਆਪਾਂ ਬਿਲਕੁਲ ਘਰ ਦੇ ਵਿੱਚ ਜੇ ਸਾਡੀ ਧੀ ਭੈਣ ਜਿਹੜੀ ਹੈ ਘਰ ਜਾਂਦੀ ਹੈਗੀ ਹੈ ਅਤੇ ਅਸੀਂ ਇਹੀ ਸੋਚਦੇ ਯਾਰ ਪਤਾ ਨਹੀਂ ਟਾਈਮਲੀ ਕਿਉਂ ਨਹੀਂ ਆਈ, ਅਸੀਂ ਘੜੀ ਦੇਖਣਾ ਸ਼ੁਰੂ ਕਰ ਦਿੰਦੇ ਹੈਗੇ ਅੱਜ ਵੀ ਇੱਥੇ। ਔਰ ਪਿੰਡਾਂ ਦੇ ਵਿੱਚ ਤੋਂ ਮੈਂ ਤਾਂ ਖੈਰ ਨਹੀਂ ਜਾਂਦਾ, ਪਰ ਜਿੱਦਾਂ ਦੀ ਖਬਰ ਆਉਂਦੀ ਪਿੰਡਾਂ ਦੇ ਵਿੱਚ ਇਸ ਤੋਂ ਵੀ ਬੁਰੀ ਹਾਲਤ ਹੈ। ਇਹਨਾਂ ਨੇ ਕਿਹਾ ਅਸੀਂ ਨਸ਼ਾ ਖਤਮ ਕਰਾਂਗੇ, ਕੀ ਖਤਮ ਕੀ ਉਹਦੇ ਵਿੱਚ ਕਮੀ ਵੀ ਆਈ ਹੈ? ਖਤਮ ਤੋਂ ਛੱਡੋ, ਇੱਕਦਮ ਨਹੀਂ ਖਤਮ ਹੁੰਦਾ, ਕੀ ਉਹਦੇ ਵਿੱਚ ਕਮੀ ਆਈ ਹੈ? ਨਹੀਂ ਆਈ ਕਮੀ। ਕਮੀ ਕਿੱਦਾਂ ਆਉਂਦੀ ਹੈ ਕਿ ਖਬਰਾਂ ਨੂੰ ਚੁੱਕਣ ਜਾਂ ਉਹਨੂੰ ਦਬਾਉਣ। ਇਹਨਾਂ ਦਾ ਕਹਿਣਾ ਸੀਗਾ ਅਸੀਂ ਪਹਿਲੇ 15 ਦਿਨਾਂ ਵਿੱਚ ਖਤਮ ਕਰ ਦਾਂਗੇ। 15 ਦਿਨ ਕਿਉਂ, ਤਾਂ 150 ਦਿਨ ਤਾਂ ਵੀ ਜ਼ਿਆਦਾ ਹੋ ਗਏ, 2 ਸਾਲ ਹੋ ਗਏ, 2 ਸਾਲ ਦੇ ਕਿੰਨੇ ਦਿਨ ਹੁੰਦੇ ਹੈਗੇ, 700 ਦਿਨ ਤੋਂ ਹੋ ਗਏ ਅਤੇ 15 ਤੋਂ ਛੱਡੋ, 700 ਦਿਨ ਦੇ ਵਿੱਚ ਵੀ ਹਾਂ ਇਹ ਜ਼ਰੂਰ ਹੈ ਕਿ ਨਿਊਜ਼ ਆਉਣੀ ਬੰਦ ਹੋ ਗਈ, ਨਿਊਜ਼ ਆਉਣੀ ਬੰਦ ਹੋ ਗਈ, ਕੰਮ ਉੱਦਾਂ ਹੀ ਚੱਲ ਰਿਹਾ ਹੈ ਅਤੇ ਇਹ ਤਾਂ ਸਭ ਗੱਲਾਂ ਹੀ ਹੁੰਦੀਆਂ ਗੀ। ਬਾਕੀ ਜਿਹੜਾ ਇਹ ਇਲੈਕਸ਼ਨ ਹੈ, ਮੈਂ ਜਿੱਦਾਂ ਪਹਿਲੇ ਵੀ ਕਿਹਾ, ਇਹ ਨੈਸ਼ਨਲ ਲੈਵਲ ਦਾ ਹੈ, ਸਟੇਟ ਲੈਵਲ ਦਾ ਨਹੀਂ ਹੈ, ਔਰ ਨੈਸ਼ਨਲ ਲੈਵਲ ਦੇ ਉੱਤੇ ਹੀ ਮੁੱਦੇ ਰਹਿਣਗੇ। ਬਾਕੀ ਪਿੰਡਾਂ ਦੇ ਵਿੱਚ ਲੋਕਲ ਕੋਈ ਇੱਦਾਂ ਦੇ ਹੋਣ ਅਤੇ ਹੋਣ, ਜੇ ਆਪਾਂ ਇੱਥੇ ਦੀ ਸੀਟ ਦੀ ਗੱਲ ਕਰੀਏ, ਇੱਥੇ ਟੱਕਰ ਰਹੂਗੀ, ਔਰ ਮੇਰੇ ਹਿਸਾਬ ਨਾਲ ਤਾਂ ਟੱਕਰ ਜਿਹੜੀ ਹੈ ਉਹ BJP ਮਹਾਰਾਣੀ ਦੀ ਔਰ ਧਰਮਵੀਰ ਗਾਂਧੀ, ਪਾਰਟੀ ਵਾਈਜ਼ ਨਹੀਂ, ਮੈਂ ਪਹਿਲੇ ਵੀ ਇਹ ਕਿਹਾ ਪਾਰਟੀ ਵਾਈਜ਼ ਨਹੀਂ, ਉਹ ਚਿਹਰੇ ਵਾਈਜ਼, ਕਿਉਂਕਿ ਹਾਂ ਕਿਉਂਕਿ ਉਹ ਇੱਕ ਸੋਸ਼ਲ ਵਰਕਰ, ਬਲਾਇੰਡ ਸੋਸ਼ਲ ਵਰਕਰ ਹੈ ਉਹ। ਇਹ ਹੁਣ ਮਹਾਰਾਣੀ ਪ੍ਰਨੀਤ ਕੌਰ ਦਾ ਮੇਲਾ ਦਾ ਪ੍ਰਚਾਰ ਕਰ ਹੀ ਰਹੇ, ਜਾ ਹੀ ਨਹੀਂ ਰਹੇ ਡੋਰ ਟੂ ਡੋਰ। ਉਹਨਾਂ ਨੂੰ ਇਹ ਹੈ ਵੀ ਮੈਂ ਤਾਂ ਹੈ ਇੱਥੇ, ਠੀਕ ਹੈ, ਕਿਉਂਕਿ ਉਹਨਾਂ ਦਾ ਕਿਹਾ ਹੈ ਕਿ ਜਿਹੜੇ ਵੋਟ ਮਹਾਰਾਣੀ ਪ੍ਰਨੀਤ ਕੌਰ ਦੇ ਕਮਿਟਿਡ ਹੈ ਉਹ ਉਹਨਾਂ ਨੂੰ ਪਤਾ ਉਹਨਾਂ ਨੂੰ ਮਿਲ ਜਾਣੇ,
ਉਸ ਤੋਂ ਬਾਅਦ ਜਿਹੜੇ ਬੀਜੇਪੀ ਦੇ ਕਮਿਟਿਡ ਹੈ ਉਹ ਵੀ ਮਿਲ ਜਾਣੇ। ਕੀ ਲੱਗਦਾ ਭਗਵੰਤ ਮਾਨ ਦਾ ਕਹਿਣਾ ਸੀ ਆਪਣਾ ਵੀਆਈਪੀ ਕਲਚਰ ਖਤਮ ਕਰਾਂਗੇ, ਹੋ ਗਿਆ? ਆਪਾਂ ਦੇਖਦੇ ਜਿਸ ਵੇਲੇ ਉਹ ਗੱਡੀ 'ਚ ਆਉਂਦਾ ਤਾਂ ਕਿੰਨੀ ਗੱਡੀਆਂ ਅੱਗੇ ਪਿੱਛੇ ਹੁੰਦੀ। ਮੈਂ ਕੀ ਜਵਾਬ ਦੇਵਾਂ? ਜਵਾਬ ਉਹੀ ਦੇਊਗਾ ਜਾਂ ਲੋਕ ਦੇਣਗੇ ਕਿ ਜੇਕਰ ਕਿਹਾ ਕਿਤੇ ਆਪਣੇ ਦੋਸਤ ਨੂੰ ਵੀ ਮਿਲਣ ਜਾਣਾ ਹੈ ਅਤੇ ਅੱਗੇ ਮੇਰੇ ਕੋਲ 10-12 ਗੱਡੀਆਂ ਅੱਗੇ ਹੁੰਦੀ, 15-20 ਪਿੱਛੇ ਹੁੰਦੇ। ਵੀਆਈਪੀ ਕਲਚਰ ਖਤਮ ਹੈ ਬਿਲਕੁਲ। ਕਿੱਥੇ ਹੈ ਵੀਆਈਪੀ ਕਲਚਰ ਤੁਹਾਡਾ? ਹੁਣ ਕਿਹਨੂੰ ਹੈ ਵੀ ਤੁਸੀਂ ਕਿਹਨੂੰ ਸਮਰਥਨ ਦਿਓਗੇ? ਨਹੀਂ, ਇਹ ਸਮਰਥਨ ਨਹੀਂ, ਇੱਦਾਂ ਨਹੀਂ ਹੁੰਦਾ ਇੰਟਰਵਿਊ ਦੇ ਵਿੱਚ, ਇੱਦਾਂ ਨਹੀਂ ਹੁੰਦਾ ਮੈਂ ਕਿਹਨੂੰ ਦੇਵਾਂਗਾ ਕਿਹਨੂੰ ਨਹੀਂ। ਉਹ ਚੀਜ਼ ਛੱਡੋ, ਬਾਕੀ ਐਕਚੁਅਲ ਹੈ ਕਿ ਕਿਹੜੀ ਕਿਹੜੀ ਸਰਕਾਰ ਨੇ ਜ਼ਿਆਦਾ ਕੰਮ ਕੀਤੇ ਨੇ, ਆਪਾਂ ਪਿੱਛੇ ਵੀ ਰਹਿ ਕੇ ਗਈਆਂ ਸਰਕਾਰਾਂ, ਹੁਣ 2.5 ਸਾਲ ਦੀ ਸਰਕਾਰ ਨੂੰ ਵੀ ਹੋ ਚੱਲੇ ਨੇ। ਨਹੀਂ, ਸਟੇਟ ਲੈਵਲ ਦੀ ਮੈਂ ਗੱਲ ਹੀ ਨਹੀਂ ਕਰਦਾ ਨਾ, ਮੈਂ ਤਾਂ ਸੈਂਟਰ ਲੈਵਲ ਦੀ ਗੱਲ ਕਰ ਰਿਹਾ ਕਿਉਂਕਿ ਸਟੇਟ ਲੈਵਲ ਦਾ ਨਹੀਂ ਹੈ ਨਾ ਇਲੈਕਸ਼ਨ, ਸੈਂਟਰ ਲੈਵਲ। ਸੈਂਟਰ ਲੈਵਲ ਦੇ ਵਿੱਚ 70 ਸਾਲ ਵਰਸਿਸ 10 ਸਾਲ ਜਾਂ 55 ਸਾਲ ਵਰਸਿਸ 10 ਸਾਲ ਜੋ ਵੀ ਹੈ, ਠੀਕ ਹੈ। ਉਹਦੇ ਵਿੱਚ ਏਮਸ ਪਹਿਲੇ ਕਿੰਨੇ ਸੀ, ਬਾਅਦ 'ਚ ਕਿੰਨੇ ਬਣੇ, ਹਾਈਵੇ ਪਹਿਲੇ ਕੀ ਸੀਗਾ ਹੁਣ ਕੀ ਹੈ, ਇਹ ਕੋਈ ਮਤਲਬ ਅੱਖ ਬੰਦ ਅੱਖ ਨਹੀਂ ਕਿਸੇ ਦੀ। ਲੋਕ ਸਭਾ ਦੇ ਵਿੱਚ ਆਪਣੇ ਸਰਹੰਦ ਰੋਡ ਦੀ ਗੱਲ ਚੱਲੀ ਸੀਗੀ ਅਤੇ ਭਗਵੰਤ ਮਾਨ ਨੇ ਉਦੋਂ ਨਾਲ ਦੀ ਨਾਲ ਹੀ ਉੱਥੇ ਬੈਠੇ ਸੀ, PWD ਦੇ ਵੀ ਚੇਅਰਮੈਨ ਬੈਠੇ ਸੀਗੇ, ਉਹਨਾਂ ਨਾਲ ਦੀ ਨਾਲ ਕਹਿਤਾ ਸੀ। ਅਤੇ ਹੁਣ ਅਸੀਂ ਰੋਜ਼ ਜਾਂਦੇ ਹਾਂ ਆਪਣੀ ਜਿਹੜੀ ਭਾਖੜਾ ਆਉਂਦੀ ਹੈ ਸਰਹੰਦ ਵਾਲੀ, ਉੱਥੇ ਪੁਲ ਬਣ ਵੀ ਰਿਹਾ, ਮੈਨੂੰ ਲੱਗਦਾ ਸਰਹੰਦ ਰੋਡ ਡਬਲ ਵੀ ਹੋ ਜੂਗਾ, ਤੁਹਾਨੂੰ ਕੀ ਲੱਗਦਾ ਵੀ ਉਹ? ਨਹੀਂ ਨਹੀਂ, ਇਹ ਦੱਸੋ, ਇਹ ਜਿਹੜਾ ਸਰਹੰਦ ਰੋਡ ਹੈ ਇਹ ਸਟੇਟ ਦੇ ਅੰਡਰ ਹੈ ਜਾਂ ਸੈਂਟਰ ਦੇ ਅੰਡਰ? ਸੈਂਟਰ ਦੇ ਅੰਡਰ। ਫਿਰ ਸੈਂਟਰ ਦੀ ਗੱਲ ਕਰੋ, ਸਟੇਟ ਦੀ ਕਿਉਂ ਗੱਲ ਕਰਦੇ ਹੋ? ਸਟੇਟ ਜਦੋਂ ਸਟੇਟ ਤੋਂ CM ਜੇ ਹੋਣ ਦਊਗਾ ਫਿਰ ਕਿਵੇਂ ਹੋਊਗਾ? ਨਹੀਂ, CM ਨੂੰ ਤਾਂ ਕੋਈ ਉਹਨੂੰ ਵਿਚਾਰੇ ਨੂੰ ਫੁਰਸਤ ਹੀ ਨਹੀਂ ਹੈਗਾ ਕਿਆ ਹੈ, ਉਹ ਤਾਂ ਰਾਘਵ ਚੱਡਾ ਨੂੰ ਪੁੱਛ ਲੈਂਦਾ ਵੀ ਕਿਆ ਕਰਨਾ ਹੈ, ਉਹ ਕਰ ਦਿੰਦਾ ਹੈਗਾ ਉਹਨੂੰ ਕਿਆ। ਉਹ ਤਾਂ ਬਹੁਤ ਸ਼ਰੀਫ ਬੰਦਾ ਹੈ, ਸਾਊ ਬੰਦਾ ਜਿਹਨੂੰ ਕਹਿੰਦੇ ਸਾਊ, ਠੀਕ ਹੈ। ਤਾਂ ਬਾਕੀ ਹੈ ਕਿ ਜੇ ਮੈਂ ਪੰਜਾਬ ਦੀ ਗੱਲ ਕਰਾਂ ਜਾਂ ਆਮ ਗੱਲ ਕਰਾਂ, ਉਹ ਹੈ ਕਿ ਇੱਥੇ ਦੇ ਬੰਦੇ ਇਹ ਵੀ ਦੇਖੂਗੇ ਕਿ ਸੈਂਟਰ ਨੇ 55-70 ਸਾਲ ਤੋਂ ਬਾਅਦ ਆਪਾਂ ਨੂੰ ਸ਼ਹਿਜ਼ਾਦੇ ਦਾ ਸ਼ਹੀਦੀ ਦਿਵਸ ਨੂੰ ਇੱਕ ਨੈਸ਼ਨਲ ਲੈਵਲ 'ਤੇ ਮਨਾਇਆ ਗਿਆ, ਠੀਕ ਹੈ। ਇਹ ਕਿੰਨੇ ਲਾਗੂ ਕੀਤਾ? ਪਿਛਲੇ 500 ਸਾਲ ਦੇ ਵਿੱਚ ਰਾਮ ਮੰਦਿਰ ਨਹੀਂ ਸੀ ਬਣਾ, ਉਹ ਹੁਣ ਕਿੱਦਾਂ ਬਣਾਇਆ ਹੈਗਾ? ਜਿਹੜਾ ਆਪਣਾ ਕੋਰੀਡੋਰ ਸੀਗਾ ਉਹ ਖੁੱਲ੍ਹਾ, ਅਤੇ ਉਹ ਕਿਹਦੇ ਪ੍ਰਯਾਸਾਂ ਨਾਲ ਖੁੱਲ੍ਹਾ ਹੈਗਾ? ਅਤੇ ਇਹ ਧਾਰਮਿਕ ਚੀਜ਼ਾਂ ਹੈ, ਇਹ ਨਹੀਂ ਹੈ ਕਿ ਸਿਰਫ ਆਪਣਾ ਉੱਦਾਂ ਹੀ ਵਿਕਾਸ ਦੀ ਗੱਲ ਕਰੀਏ, ਬੰਦੇ ਇਸ ਚੀਜ਼ ਨੂੰ ਵੀ ਦੇਖਦੇ ਹੈ। ਕਿਉਂਕਿ ਮੈਂ ਜਾਵਾਂਗਾ, ਮੇਰਾ ਆਪਣਾ ਸੁਪਨਾ ਕਿ ਮੈਂ ਜਾਵਾਂ ਉੱਥੇ ਮੱਥਾ ਟੇਕਾਂ, ਵਾ ਨਹੀਂ ਹੋਇਆ ਜਦ। ਅੱਛਾ, ਆਪਣੇ ਸ਼ਹਿਜ਼ਾਦੇ ਹੈ, ਬਹੁਤ ਵਧੀਆ ਗੱਲ ਇਹੀ ਕਿ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ ਸੀਗਾ ਉਹ ਬਾਲ ਦਿਵਸ, ਪਹਿਲੇ ਤਾਂ ਚਾਚਾ ਨਹਿਰੂ ਦਾ ਦਿਵਸ ਸੀਗਾ ਉਹ, ਅਤੇ ਚਾਚਾ ਕਿਹਦਾ, ਜਿਹੜਾ ਅੱਜ ਪੈਦਾ ਹੋਇਆ ਉਹਦਾ ਵੀ ਚਾਚਾ, ਜਿਹੜਾ 100 ਸਾਲ ਪਹਿਲੇ ਪੈਦਾ ਹੋਇਆ ਉਹ ਵੀ, ਜਦਕਿ ਜਿਹੜੇ ਸ਼ਹਿਜ਼ਾਦੇ ਆ ਉਹ ਤਾਂ ਸ਼ਹਿਜ਼ਾਦੇ ਆ, ਸਾਡੇ ਪੂਜਨੀਏ ਆ, ਅਤੇ ਇਹ ਸਭ ਚੀਜ਼ਾਂ ਹੋਣ ਵਾਲੀਆਂ। ਸਾਡੇ ਨਾਲ ਹੋਰ ਵੀ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਤੁਹਾਡਾ ਕੀ ਮੰਨਣਾ ਜੀ, ਹੁਣ MP ਦੀ ਵੋਟ ਇਲੈਕਸ਼ਨ ਹੋ ਰਹੀ ਹੈ, ਮਤਲਬ ਹੋਣ ਵਾਲੀ ਹੈ, ਹੁਣ ਕਿਹਨੂੰ ਸਮਰਥਨ ਦੇ ਰਹੇ ਹੋ, ਕੀ ਦੇਖਦੇ ਹੋ ਸਰਕਾਰਾਂ? ਸਰਕਾਰਾਂ ਤੋਂ ਬਹੁਤ ਕੁਛ ਉਮੀਦ ਹੈਗਾ ਪ੍ਰੋਗਰੈਸ ਵਾਸਤੇ। ਇਹ ਤਾਂ ਡਿਪੈਂਡ ਸਿਚੁਏਸ਼ਨ ਹੈਗਾ ਕਿ ਕਿਸ ਕੋ ਆਪਾਂ ਵੋਟ ਦਈਏ, ਲੇਕਿਨ ਇੱਥੇ ਜੋ ਕੰਮ ਦੇਸ਼ ਵਿੱਚ ਪ੍ਰੋਗਰੈਸ ਹੈਗਾ ਉਹ BJP ਸਰਕਾਰ ਮੈਂ 55 ਸਾਲ ਦਾ ਅਗੇਂਸਟ 10 ਸਾਲ ਜ਼ਿਆਦਾ ਕੰਮ ਹੋਇਆ। ਉਹਨਾਂ ਭਾਸ਼ਾ ਮੈਂ ਦੱਸਤਾ ਕਿ ਰੋਡ ਹੈ, ਬਿਜਲੀ ਹੈ, ਮੈਡੀਕਲ ਕਾਲਜ ਹੈਗਾ, ਇੰਫਰਾਸਟ੍ਰਕਚਰ, ਲਾ ਐਂਡ ਆਰਡਰ, ਪਾਕਿਸਤਾਨ ਸੇ ਇਹ ਕਰਨਾ, ਮਤਲਬ ਉਸਕੋ ਡਿਫੀਟ ਕਰਨਾ ਕਿਸੀ ਬਾਤ ਪੇ ਚਾਈਨਾ ਕੇ ਸਾਥ, ਤੋ ਇਸ ਮਾਮਲੇ ਮੈਂ ਅੱਜ ਦੀ ਡੇਟ ਮੈਂ BJP ਸਰਕਾਰ ਕਾਫੀ ਸਕਸ਼ਮ ਹੈਗਾ, ਮੋਦੀ ਸਰਕਾਰ। ਪਰ ਕਹਿਣਾ ਵੀ BJP ਸਰਕਾਰ 'ਚ ਤਾਂ ਆਪਣਾ ਮਤਲਬ ਇੰਡੀਆ ਨੂੰ
ਚਾਈਨਾ ਨੇ ਕਾਫੀ ਜ਼ਿਆਦਾ ਮਤਲਬ ਉਹ ਵੀ ਕਰ ਲਿਆ ਕੁਛ ਨਹੀਂ ਕੀਤਾ ਇਹ ਤਾਂ ਸਿਰਫ ਇੱਕ ਕਰੋੜਾ ਰੁਪਇਆ ਹੈਗਾ ਕੁਛ ਨਹੀਂ ਕੀਤਾ ਐਸਾ ਕੁਛ ਨਹੀਂ ਉਸਨੇ ਚਾਈਨਾ ਨਾਲ ਕਬਜ਼ਾ ਕੀਤਾ ਇਹ ਤਾਂ ਪਬਲਿਕ ਕੋ ਸਿਰਫ ਮਿਸਗਾਈਡ ਮੀਡੀਆ ਕਹੀਏ ਯੰਗਸਟ ਪਾਰਟੀ ਪਬਲਿਕ ਨੂੰ ਮਿਸਗਾਈਡ ਕਰ ਰਹੀ ਹੈ ਨਾ ਕਿ ਕੁਛ ਕੀਤਾ ਉਸਨੇ ਹੁਣ ਫਿਰ ਰਾਣੀ ਦਾ ਸਾਥ ਦੇ ਰਿਹਾ ਹੈ ਬਿਲਕੁਲ ਦੇਂਗੇ ਬਿਲਕੁਲ ਰਾਣੀ ਕੋ ਠੀਕ ਹੈ ਧੰਨਵਾਦ ਹਾਂ ਧੰਨਵਾਦ ਇਹ ਸਾਡੇ ਨਾਲ ਕੁਛ ਸ਼ਖਸ ਸੀਗੇ ਆਪਾਂ ਐਵੇਂ ਹੀ ਤੁਹਾਨੂੰ ਹੋਰ ਲੋਕਾਂ ਨਾਲ ਮਿਲਾਉਂਦੇ ਰਹਾਂਗੇ ਧੰਨਵਾਦ।